ਸਤਿ ਸ਼੍ਰੀ ਅਕਾਲ, ਸਿੱਖ ਟੀ ਵੀ ਦੇਖ ਰਹੇ ਹੋ ਤੁਸੀਂ। ਮੈਂ ਤੁਹਾਡੇ ਨਾਲ ਰਣਜੀਤ ਕੌਰ ਅਤੇ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਖਬਰਾਂ ਦੇ ਨਾਲ। ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਕੱਤਰਤਾ ਵਿੱਚ ਨਾਮਧਾਰੀ ਸੰਪਰਦਾ ਵੱਲੋਂ ਹਵਨ ਕਰਵਾ ਕੇ ਅੰਮ੍ਰਿਤ ਸੰਚਾਰ ਕਰਨ ਦਾ ਮਾਮਲਾ ਵਿਚਾਰਿਆ ਗਿਆ। ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਕਮੇਟੀ ਨੇ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਕਿ 1 ਮਹੀਨੇ ਅੰਦਰ ਆਪਣੀ ਰਿਪੋਰਟ ਤਿਆਰ ਕਰਕੇ ਸਕੱਤਰ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਦੇਵੇਗੀ। ਇਸ ਮਸਲੇ ਸੰਬੰਧੀ ਦੇਸ਼ ਵਿਦੇਸ਼ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਸੁਝਾਅ ਮੰਗੇ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਪੜਤਾਲ ਦੀ ਕਾਰਵਾਈ ਕੀਤੀ ਗਈ ਸੀ, ਪਰ ਮਾਮਲਾ ਅਹਿਮ ਹੋਣ ਕਾਰਨ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ 'ਚ ਅਵਤਾਰ ਸਿੰਘ ਹਿੱਤ, ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਭਾਈ ਪ੍ਰਤਾਪ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗਿਆਨੀ ਰੇਸ਼ਮ ਸਿੰਘ ਕਥਾਵਾਚਕ ਬੁੱਢਾ ਦਲ, 96 ਕਰੋੜੀ ਨਿਹੰਗ ਸਿੰਘ ਜਥੇਬੰਦੀਆਂ, ਸੰਤ ਤੇਜਾ ਸਿੰਘ ਖੁੰਡਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੈਂਬਰ ਸ਼ਾਮਲ ਨੇ। ਤੇ ਸੁਪਰੀਮ ਕੋਰਟ ਨੇ 16 ਦਸੰਬਰ 2012 ਦੇ ਗੈਂਗਰੇਪ ਅਤੇ ਕਤਲਕਾਂਡ ਦੇ 4 ਦੋਸ਼ੀਆਂ 'ਤੇ ਸ਼ੁੱਕਰਵਾਰ ਨੂੰ ਅਹਿਮ ਫੈਸਲਾ ਸੁਣਾਇਆ। ਕੋਰਟ ਨੇ ਦੋਸ਼ੀਆਂ ਦੀ ਸਜ਼ਾਏ ਮੌਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ 'ਤੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਜ਼ਿਕਰਯੋਗ ਹੈ, 4 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਕੋਰਟ ਨੇ ਬਰਕਰਾਰ ਰੱਖਿਆ। ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਚ ਨੇ ਮਾਮਲੇ 'ਚ ਫੈਸਲਾ ਸੁਣਾਇਆ। ਸਰਵਉੱਚ ਅਦਾਲਤ ਨੇ 4 ਦੋਸ਼ੀਆਂ ਮੁਕੇਸ਼ ਪਵਨ, ਵਿਨੇ ਸ਼ਰਮਾ, ਅਕਸ਼ ਕੁਮਾਰ ਸਿੰਘ ਦੀਆਂ ਅਪੀਲਾਂ 'ਤੇ 27 ਮਾਰਚ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ। ਚਾਰਾਂ ਨੇ 13 ਮਾਰਚ 2014 ਨੂੰ ਹਾਈਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ 'ਤੇ ਸੁਣਾਈ ਗਈ ਮੌਤ ਦੀ ਸਜ਼ਾ ਦੇ ਖਿਲਾਫ ਅਪੀਲ ਕੀਤੀ ਸੀ। ਇਹ ਬਹੁਤ ਬੜਾ ਫੈਸਲਾ ਥਾ, ਯਹਾਂ ਪੇ ਇੱਕ ਭਗਵਾਨ ਕੇ ਬਾਅਦ ਇਹੀ ਅਸਥਾਨ ਹੋਤਾ ਹੈ, ਤੋ ਮੁਝੇ ਉਮੀਦ ਥੀ ਕਿ ਡਰ ਤੋ ਥਾ, ਲੇਕਿਨ ਡਰ ਸੇ ਜ਼ਿਆਦਾ ਹਮੇਂ ਵਿਸ਼ਵਾਸ ਥਾ ਕਿ ਜਿਸ ਤਰ੍ਹਾਂ ਸੇ ਕ੍ਰਾਈਮ ਹੁਆ ਹੈ ਉਹ ਉਨਕੋ ਸਜ਼ਾ ਜ਼ਰੂਰ ਮਿਲੇਗੀ ਔਰ ਨਿਰਭਯਾ ਕੋ ਇਨਸਾਨ। ਤੇ ਸੈਕਸ਼ੁਅਲ ਹਰਾਸਮੈਂਟ ਦੇ ਗੰਭੀਰ ਦੋਸ਼ਾਂ ਵਿੱਚ ਫਸੇ ਆਸ਼ੂ ਸਾਂਪਲਾ ਅਤੇ ਉਸਦੀ ਪਤਨੀ ਨੈਨੀ ਸਾਂਪਲਾ ਦੇ ਨਾਲ SIT ਦੇ ਸਾਹਮਣੇ ਪੇਸ਼ ਹੋਏ। SIT ਨੇ ਕਰੀਬ 5 ਘੰਟੇ ਤੱਕ ਲਗਾਤਾਰ ਆਸ਼ੂ ਸਾਂਪਲਾ ਅਤੇ ਨੈਨਸੀ ਸਾਂਪਲਾ ਤੋਂ ਪੁੱਛਗਿੱਛ ਕੀਤੀ। ਕਮਿਸ਼ਨਰ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਸ਼ ਮਿੰਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਪੰਜਾਬ DGP ਦੇ ਪੰਜਾਬ ਸਮੇਤ ਕੇਂਦਰ ਦੇ ਕਈ ਮੰਤਰੀਆਂ ਨੂੰ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਇਨਸਾਫ ਦੀ ਮੰਗ ਕੀਤੀ। ਮਿੰਟੀ ਨੇ ਟਵੀਟ ਕਰਨ ਤੋਂ ਬਾਅਦ ਚੇਤਾਵਨੀ ਦਿੱਤੀ ਹੈ, ਜੇਕਰ ਮੁਲਾਜ਼ਮਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਉਸਨੂੰ ਮਜਬੂਰਨ ਸਖ਼ਤ ਕਦਮ ਚੁੱਕਣੇ ਪੈਣਗੇ। ਜ਼ਿਕਰਯੋਗ ਹੈ ਕਿ ਕਰੀਬ 1 ਹਫ਼ਤਾ ਪਹਿਲਾਂ ਨਿਊਜਵਾਰ ਨਗਰ ਵਾਸੀ ਮਿੰਟੀ ਕੌਰ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸੂ ਸਾਂਪਲਾ 'ਤੇ ਸੈਕਸ਼ੁਅਲ ਹਰਾਸਮੈਂਟ ਅਤੇ ਬੇਟੇ ਸਾਹਿਲ ਸਾਂਪਲਾ ਅਤੇ ਹੋਰਨਾਂ 'ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਕਿ ਮੈਨੂੰ ਅੱਜ ਪੁਲਿਸ ਨੇ ਬੁਲਾਇਆ, ਉਹਨੇ ਮੈਨੂੰ ਸਵਾਲ ਪੁੱਛੇ ਆ ਕਿ ਇਸ ਬਾਰੇ ਇਨਵੈਸਟੀਗੇਸ਼ਨ 'ਚ ਪਹਿਲਾਂ ਮੇਰਾ ਉਹਨੇ ਪਹਿਲੀ ਵਾਰੀ ਪਹਿਲੇ ਫੇਸ 'ਤੇ ਉਹਨੇ ਮੈਨੂੰ ਬੁਲਾਇਆ, ਕਹਿੰਦੇ ਦੁਬਾਰਾ ਰੀਕਾਲ ਵੀ ਕੀਤਾ ਜਾ ਸਕਦਾ ਹੈ, ਕਰਾਂਗੇ। ਅਤੇ ਉਹਨਾਂ ਨੇ ਮੈਨੂੰ ਅੱਜ ਬੁਲਾਇਆ, ਜੋ ਜੋ ਉਹਨੇ ਮੈਨੂੰ ਕੁਸ਼ਚਨ ਪੁੱਛੇ ਆ ਮੈਂ ਉਹਦੇ ਆਂਸਰ ਉਹਨਾਂ ਨੂੰ ਇਨਵੈਸਟੀਗੇਸ਼ਨ 'ਚ ਪੂਰੀ ਜਾਂਚ ਕਰ ਰਿਹਾ ਹਾਂ। ਮੈਂ ਤਾਂ ਇਲਜ਼ਾਮ ਲਗਾਏ ਜਾ ਰਹੇ ਸੀ, ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸੀਗੇ, ਲੇਕਿਨ ਪਬਲਿਕਲੀ ਜਿਹੜੇ ਇਲਜ਼ਾਮ ਲੱਗੇ ਜਾਂ ਤੁਸੀਂ ਸਾਰਿਆਂ ਨੇ ਛਾਪੇ ਆ ਜਿੰਨੇ ਵੀ ਲੱਗੇ ਆ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੋਣ ਦੇ ਨਾਤੇ ਮਨ ਘੜਤ ਕਣੀ ਬਣਾ ਕੇ ਪਤਾ ਨਹੀਂ ਕਿ ਕੌਣ ਪਿੱਛੇ ਲੱਗ ਕੇ ਕੌਣ ਮੇਰੇ 'ਤੇ ਇਹ ਇਲਜ਼ਾਮ ਲਗਾ ਕੇ ਮੇਰੀ ਸਾਡੀ ਪਰਿਵਾਰ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਾਂਜੀ, ਮੈਂ ਜਾਣਦਾ ਹਾਂ ਉਹਨਾਂ ਨੂੰ, ਮੈਂ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਕਿ ਮੈਂ ਨਹੀਂ ਜਾਣਦਾ। ਮੈਂ ਜਿਸ ਟਾਈਮ ਉਸਕੇ ਸਾਥ ਜੋ ਵੀ ਹੁਆ ਮੈਂ ਵਹਾਂ ਨਹੀਂ ਥੀ, ਮੈਂ ਘਰ ਕੇ ਅੰਦਰ ਥੀ, ਉਸਨੇ ਮੁਝੇ ਬਹੁਤ ਧਮਕਾਇਆ, ਬਾਹਰ ਬਹੁਤ ਮੇਰੇ ਖਿਲਾਫ਼ ਬੋਲੀ ਹੈ, ਮੈਂ ਆਪਣੀ ਮਦਰ ਇਨ ਲਾਅ ਮੇਰੇ ਕਾਫੀ ਡਰੇ ਹੋਏ ਥੇ, ਹਮ ਅੰਦਰ ਹੀ ਥੇ, ਨਾ ਮੈਨੂੰ ਉਸਕੋ ਹੱਥ ਲਗਾਇਆ ਨਾ ਹੀ ਮੈਨੂੰ ਉਸਕੋ ਕੁਛ ਕੀਆ ਹੈ।
ਤੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸ਼ੁੱਕਰਵਾਰ ਨੂੰ ਸ੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੱਖਣੀ ਏਸ਼ੀਆ ਦੇ 7 ਗੁਆਂਢੀ ਦੇਸ਼ਾਂ ਨੂੰ ਆਸਮਾਨੀ ਤੋਹਫਾ ਸੰਚਾਰ ਉਪਗ੍ਰਹਿ GSAT-9 ਨੂੰ ਸਫਲਤਾਪੂਰਵਕ ਤਾਗਿਆ। ਮਈ 2014 ਵਿੱਚ ਸੱਤਾ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਦੱਖਣੀ ਏਸ਼ੀਆ ਸੰਚਾਰ ਉਪਗ੍ਰਹਿ ਬਣਾਉਣ ਲਈ ਕਿਹਾ ਸੀ, ਜੋ ਕਿ ਗੁਆਂਢੀ ਦੇਸ਼ਾਂ ਨੂੰ ਭਾਰਤ ਵੱਲੋਂ ਤੋਹਫੇ ਵਿੱਚ ਦਿੱਤਾ ਜਾ ਸਕੇ। ਇਸ ਉਪਗ੍ਰਹਿ ਨਾਲ ਭਾਰਤ ਦੇ 7 ਗੁਆਂਢੀ ਦੇਸ਼ਾਂ ਨੇਪਾਲ, ਭੂਟਾਨ, ਅਫਗਾਨਿਸਤਾਨ, ਬੰਗਲਾਦੇਸ਼, ਮਾਲਦੀਵ, ਸ਼੍ਰੀਲੰਕਾ ਨੂੰ ਸੰਚਾਰ ਅਤੇ ਆਫ਼ਤ ਪ੍ਰਬੰਧ 'ਚ ਵੱਡੀ ਮਦਦ ਮਿਲੇਗੀ। ਪਾਕਿਸਤਾਨ ਨੇ ਇਹ ਕਹਿੰਦੇ ਹੋਏ ਇਸ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ ਕਿ ਉਸਦਾ ਆਪਣਾ ਪੁਲਾੜ ਪ੍ਰੋਗਰਾਮ ਹੈ। Today is a historic day for South Asia, a day without precedence. 2 years ago, India made a promise to extend the advanced space technology for the cause of growth and prosperity of our brothers and sisters in South Asia. ਤੇ ਹੁਣ ਵਟਸਐਪ ਤੇ ਈਮੇਲ ਰਾਹੀਂ ਸਮਨ ਭੇਜਿਆ ਜਾ ਸਕੇਗਾ। ਦਿੱਲੀ ਹਾਈ ਕੋਰਟ ਨੇ ਅਹਿਮ ਫੈਸਲੇ ਵਿੱਚ ਇਸ ਨੂੰ ਨਿਆਇਕ ਪ੍ਰਕਿਰਿਆ ਵਿੱਚ ਸ਼ਾਮਿਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜੇਕਰ ਪਟੀਸ਼ਨ ਕਰਤਾ ਚਾਹੇ ਤਾਂ ਦੂਜੀ ਧਿਰ ਨੂੰ ਵਟਸਐਪ ਤੇ ਈਮੇਲ ਦੇ ਜ਼ਰੀਏ ਸਮਨ ਭੇਜਿਆ ਜਾ ਸਕਦਾ ਹੈ। ਇਸ ਪ੍ਰਕਿਰਿਆ ਦੇ ਰਾਹੀਂ ਹਲਫਨਾਮਾ ਵੀ ਦਿੱਤਾ ਜਾ ਸਕਦਾ ਹੈ। ਅਦਾਲਤ ਨੇ ਇਹ ਆਦੇਸ਼ ਟਾਟਾ ਸੰਸ ਦੀ ਪਟੀਸ਼ਨ ਉੱਤੇ ਦਿੱਤਾ। ਟਾਟਾ ਸੰਸ ਨੇ ਦੋਸ਼ ਲਗਾਇਆ ਸੀ ਕਿ ਉਸਦੇ ਐਕਟ ਨੂੰ ਵਿਗਾੜਨ ਲਈ ਸਾਲ 2015 ਵਿੱਚ ਆਧਾਰਹੀਨ ਈਮੇਲ ਕੀਤੇ ਗਏ ਸਨ ਅਤੇ ਇਹਨਾਂ ਈਮੇਲ ਕਰਨ ਵਾਲਿਆਂ ਦੀ ਪਹਿਚਾਣ ਨਹੀਂ ਹੋ ਪਾਈ ਸੀ। ਅਦਾਲਤ ਨੇ 4 ਲੋਕਾਂ ਵਿੱਚੋਂ 3 ਨੂੰ ਉਹਨਾਂ ਆਰਡੀਨੇਸ਼ਨਾਂ ਉੱਤੇ ਸੰਮਨ ਭੇਜਣੇ, ਹਾਲਾਂਕਿ ਆਰਡੀਨੈਂਸ ਪੂਰੇ ਨਿਕਲੇ। ਉੱਧਰ 4 ਨੂੰ ਈਮੇਲ ਅਤੇ SMS ਅਤੇ ਵਟਸਐਪ ਉੱਤੇ ਸੰਮਨ ਭੇਜਿਆ ਗਿਆ ਸੀ, ਪਰ ਉਸਨੇ ਜਵਾਬ ਨਹੀਂ ਦਿੱਤਾ। ਅਤੇ ਪੰਜਾਬੀ ਖਬਰਾਂ 'ਚ ਬਸ ਇੰਨਾ ਹੀ। ਨਵੀਆਂ ਅਤੇ ਤਾਜ਼ਾ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸਿੱਖ ਟੀਵੀ। ਧੰਨਵਾਦ।